ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੇ ਸਾਰਿਆਂ ਨੇ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਰਪਾਲ ਕੌਰ 18 ਤੇ ਐਸ ਪਰ ਵਾਦੇ ਹੁੰਦੇ ਆਪਣੇ ਵੀ ਸੁਨੇਹਾ ਉਠਾਂਗੇ ਪਰ ਸੁਨੇਹਾ ਉੱਠਿਆ ਨਹੀਂ ਜਾਂਦਾ ਤੇ ਹੁਣ ਵੀ ਮੈਂ ਧੁੱਪ ਜਾ ਕੇ ਅੱਖਾਂ ਬੰਦ ਹੋ ਜਾਂਦੀਆਂ ਤੇ ਕੱਲ ਤੁਹਾਨੂੰ ਪਤਾ ਵੀ ਆਪਾਂ ਕੰਮ ਕਰ ਕੀਤਾ ਸੀਗਾ ਤੇ ਆਪਣੇ ਤਾਂ ਉੱਠੇ ਨਹੀਂ ਗਿਆ ਉੱਠੇਗੇ 8 ਵਜੇ ਉੱਠ ਕੇ ਮੈਂ ਚੱਲ ਕੋਈ ਨਹੀਂ ਜੇ ਬਾਲੀ ਸੁਨੇਹਾ ਉੱਠ ਕਰਦੇ ਤਾਂ ਫਿਰ ਸਾਰਾ ਦਿਨ ਨਹੀਂ ਲੱਗਦਾ ਮੈਂ ਕਿਹਾ ਚੱਲ ਕੋਈ ਨਹੀਂ ਲੇਟ ਉੱਠ ਕੇ ਲੇਟ ਕੰਮ ਕਰ ਲਾਂਗੇ ਉਹਨੇ ਦਿਨ ਜਾਂ ਟੱਪ ਜੂਗਾ ਹਨਾ ਕਿਉਂਕਿ ਘਰ ਫ੍ਰੀ ਹੁੰਦੇ ਆ ਹੁਣ ਹੋਰ ਤਾਂ ਕੋਈ ਕੰਮ ਨਹੀਂ ਹੁੰਦਾ ਤੇ ਬਸ ਅੱਜ ਦੇ ਵਲੌਗ ਦੀ ਆਪਾਂ ਕਰਦੇ ਹਾਂ ਸਟਾਰਟਿੰਗ ਤੇ ਦੇਖਦੇ ਆ ਅੱਗੇ ਕੀ ਦਿਖਾਉਂਦਾ ਅਸੀਂ ਪਤਾ ਕੀ ਕੀਤਾ ਜਿਹੜੇ ਸ਼ੋਕੇ ਸੀਗੇ ਇਹਨਾਂ ਨੂੰ ਫੜ ਫੜ ਕੇ ਹਿਲਾ ਹਿਲਾ ਕੇ ਜਿਹੜੇ ਪੱਤੇ ਸੀਗੇ ਸਾਰੇ ਸੁੱਕੇ ਸੁੱਕੇ ਪੱਤੇ ਝਾੜਤੇ ਤੇ ਕੱਲ ਅਮਰਿੰਦਰ ਨੇ ਆਥਰੇ ਬੋਕਰ ਮਾਰਤੀ ਤੇ ਆਂਟੀ ਨੇ ਟੱਬ ਜਿਹਾ ਭਰਤਾ ਇੱਕ ਟੱਬ ਪੂਰਾ ਭਰ ਗਿਆ ਸੀਗਾ ਇਹਦੇ ਪੱਤਿਆਂ ਦਾ ਕਿਉਂਕਿ ਪਤਾ ਕੀ ਜਿੰਨੀ ਹਵਾ ਚੱਲਦੀ ਹੈ ਡੇਲੀ ਡਿੱਗ ਪੈਂਦਾ ਡੇਲੀ ਬੋਕਰ ਮਾਰਨੀ ਪੈਂਦੀ ਆ ਕੱਲ ਇਹਦਾ ਜੱਬ ਹੀ ਨਵੇੜਦਾ ਹੁਣ ਜੇ 2-4 ਪੱਤੇ ਡਿੱਗਣਗੇ ਉਹ ਆਪਾਂ ਉਂ ਚੱਕ ਦੇਾਂਗੇ ਤੇ ਘਾਹ ਨੂੰ ਵੀ ਆਂਟੀ ਕਹਿੰਦੀ ਸੀ ਪਾਣੀ ਲਾਉਣ ਵਾਲਾ ਦੇਖਦੇ ਹਾਂ ਅੱਜ ਘਾਹ ਨੂੰ ਵੀ ਪਾਣੀ ਲਾਵਾਂਗੇ ਥੋੜੀ ਜਿਹੀ ਇਹਨਾਂ ਦੀ ਸੁਰੱਖਿਆ ਵੀ ਕਰਨੀ ਚਾਹੀਦੀ ਤੇ ਹੁਣ ਆਪਾਂ ਉਧਰਲੇ ਪਾਸੇ ਪਕਾਉਣੇ ਰੋਟੀ ਤੇ ਫਿਰ ਮੰਮੀ ਕਹਿੰਦੀ ਸੀ ਗੇਟ ਬੰਦ ਕਰਦੇ ਮੈਂ ਸੋਚਿਆ ਵੀ ਤੁਹਾਨੂੰ ਬਾਹਰਲਾ ਮਾਹੌਲ ਵੀ ਦਿਖਾ ਦਈਏ ਪੂਰੀ ਰੌਣਕ ਮੇਲਾ ਲੱਗਿਆ ਪਿਆ ਇੰਨਾ ਸੋਹਣਾ ਮੌਸਮ ਹੋਇਆ ਪਿਆ ਅੱਜ ਤਾਂ ਇੱਧਰ ਆਪਣੇ ਲਾਉਣੀਆਂ ਤੋਰੀਆਂ ਅੱਜ ਇਹਨਾਂ ਨੇ ਬੱਟਾ ਪਾਉਣੀਆਂ ਕੱਲ ਆਪਾਂ ਤੁਹਾਨੂੰ ਪਤਾ ਵੀ ਉੱਥੇ ਲਾ ਕੇ ਆਏ ਸੀਗੇ ਪਿਆਜ਼ ਪੂਜ ਤੇ ਲੋ ਬਈ ਹੁਣ ਆਪਾਂ ਗੇਟ ਕਰੀਏ ਬੰਦ ਤੇ ਚੱਲੀਏ ਉਧਰ ਮੰਮੀ ਵਰਗਿਆਂ ਵੱਲ ਤੇ ਅੱਜ ਮੰਮੀ ਕਹਿੰਦੀ ਸੀ ਕਿ ਮੇਥੇ ਵਾਲੇ ਪਰੌਂਠੇ ਲਾ ਕੇ ਦੇਉਂਗੀ ਤੇ ਸ਼ਾਮ ਨੂੰ ਬਣਾਵਾਂਗੇ ਆਲੂ ਗੋਭੀ ਸਬਜ਼ੀ ਆਲੂ ਗੋਭੀ ਸਬਜ਼ੀ ਸਾਡੀ ਫੇਵਰਟ ਆ ਪਹਿਲਾਂ ਆਪਣੇ ਨਾਲ ਘਰੇ ਹੁੰਦੀ ਸੀ ਗੋਭੀ ਤਾਂ ਕਰਕੇ ਅਸੀਂ ਬਹੁਤ ਜ਼ਿਆਦਾ ਖਾਂਦੇ ਹੁੰਦੇ ਸੀਗੇ ਤੇ ਹੁਣ ਆਪਾਂ ਲਾਉਂਦੇ ਨਹੀਂ ਤੇ ਆਪਣੇ ਜਿਹੜੇ ਉਧਰ ਠੇਕੇ ਦਿੱਤਾ ਵਿਵਾਨ ਉਹ ਨੋ ਲਾਉਂਦੇ ਆ ਵੀਰਾ ਉਹ ਡੇਲੀ ਕਹਿ ਜਾਂਦਾ ਤੁਸੀਂ ਗੋਭੀ ਲੈ ਜਾ ਕਰੋ ਤੇ ਹੁਣ ਦਿਲ ਕੋ ਕਹਿੰਦਾ ਅੱਜ ਮੈਂ ਲੈ ਕੇ ਆਉਂਗਾ ਸ਼ਾਮ ਨੂੰ ਬਣਾਵਾਂਗੇ ਆਪਾਂ ਗੋਭੀ ਤੇ ਹੋ ਸਕਿਆ ਤੁਹਾਨੂੰ ਗੋਭੀ ਦੀ ਰੈਸਪੀ ਵੀ ਦੇਵਾਂਗੇ ਵੀ ਆਂਟੀ ਕਿਵੇਂ ਬਣਾਉਂਦੀ ਹੈ ਤੇ ਆਂਟੀ ਬਹੁਤ ਜ਼ਿਆਦਾ ਸਵਾਦ ਬਣਾਉਂਦੀ ਆ ਤੇ ਹੁਣ ਆਪਾਂ ਖਾਂਦੇ ਆ ਮੇਥੇ ਵਾਲੇ ਪਰੌਂਠੇ ਤੇ ਉਦੋਂ ਪਹਿਲਾਂ ਆਪਾਂ ਕੱਪੜੇ ਕੁਪੜੇ ਧੋ ਲਏ ਹਾਂਜੀ ਤੇ ਟਾਈਮ ਹੋ ਗਿਆ 12 ਦਾ ਤੇ ਆਪਾਂ ਨਹਾ ਧੋ ਕੇ ਹੋ ਗਏ ਰੈਡੀ ਜਿੰਨੀ ਲੇਟ ਆਪਾਂ ਉੱਠੇ ਸੀਗੇ ਉਨੀ ਛੇਤੀ ਆਪਾਂ ਕੰਮ ਨਵੇੜ ਕੇ ਤੇ ਨਾ ਧੋ ਲਏ ਤੇ ਹੁਣ ਆਂਟੀ ਬਾਹਲੇ ਦਿਨਾਂ ਦੀ ਕਹਿੰਦੀ ਸੀ ਮੈਂ ਤੁਹਾਨੂੰ ਮਾਰਨਿੰਗ ਵੀ ਦੱਸਿਆ ਸੀ ਵੀ ਇੱਧਰ ਪਾਣੀ ਛੱਡਣਾ ਤੇ ਆਪਾਂ ਇੱਧਰ ਪੈਪ ਛੱਡਤੀ ਤੇ ਹੁਣ ਇਹ ਭਰ ਜੂਗਾ ਮਤਲਬ ਅੱਧਾ ਪੌਣਾ ਘੰਟਾ ਲੱਗੂਗਾ ਅੱਧੇ ਪੌਣੇ ਘੰਟੇ 'ਚ ਸਾਰਾ ਘਾਹ ਭਰ ਜੂਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਪੈਪ ਕਰ ਦੇਵਾਂਗੇ ਬੰਦ ਤੇ ਮੰਮੀ ਵਰਗਾ ਪਿਛਲੇ ਪਾਸੇ ਇੱਕ ਜਣੀ ਥੋੜ੍ਹਾ ਜਿਹਾ ਪਤਾ ਨਹੀਂ ਅਮਰਿੰਦਰ ਦੇ ਪਜਾਮੇ ਦਾ ਲਾਸਟ ਕਿਹਾ ਦੇੜੀ ਜਾਂਦੀ ਆ ਤੇ ਦੂਜੀ ਮੰਮੀ ਸੰਤਰੇ ਛਿੱਲੀ ਜਾਂਦੀ ਆ ਅਮਰਿੰਦਰ ਜਾਂਦੀ ਆ ਨਹਾਉਣ ਤੇ ਉਸ ਤੋਂ ਬਾਅਦ ਫਿਰ ਕਰਦੇ ਹਾਂ ਗੱਲਬਾਤਾਂ ਤੇ ਦੂਸਰਾ ਉਹ ਮੈਂ ਬੁੱਕ ਸੀਗੀ ਜਿਹੜੀ ਥੋੜ੍ਹੀ ਜਿਹੀ ਪੜ੍ਹੀ ਸੀਗੀ ਤੇ ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਫਿਰ ਮੈਂ ਸੋਚਿਆ ਮੈਂ ਕਿਹਾ ਹੁਣ ਫੇਰ ਬੁੱਕ ਰੀਡ ਕਰ ਲਈਏ ਤੇ ਉਹਦੇ ਪੇਜ ਤਾਂ ਹੈਗੇ ਵਾਹਵਾ ਪਰ ਆਏ ਆ ਵੀ ਆਪਾਂ ਕਦੇ ਬੁੱਕ ਰੀਡ ਨਹੀਂ ਕੀਤੀ ਤਾਂ ਕਰਕੇ ਆਪਣਾ ਇੰਟਰਸਟ ਜਿਹਾ ਘੱਟ ਬਣਦਾ ਹਨਾ ਤੇ ਉਹ ਆਇਆ ਵੀ ਉਹ 4-5 ਪੇਜ ਮੈਂ ਰੀਡ ਕੀਤੇ ਸੀ ਮੈਨੂੰ ਵਧੀਆ ਲੱਗੀ ਮੈਂ ਸੋਚਿਆ ਮੈਂ ਕਿਹਾ ਚੱਲ ਹੁਣ ਵੀ ਪੜ੍ਹ ਲੈਂਦੇ ਹਾਂ ਮੈਂ ਬੁੱਕ ਲਿਆ ਕੇ ਇੱਥੇ ਰੱਖ ਲਈ ਇੱਧਰ ਮੰਮੀ ਹਾਂ ਕਰੀ ਜਾਂਦੀ ਆ ਇੱਧਰ ਬੱਬੂ ਬੈਠੀ ਇੱਧਰ ਆਂਟੀ ਤੇ ਆ ਪਈ ਆਪਣੀ ਬੁੱਕ ਇਹਨੂੰ ਕਰਦੇ ਹਾਂ ਰੀਡ ਆਂਟੀ ਤੈਨੂੰ ਪੜ੍ਹੀ ਸੀ ਕਿੰਨੀ ਕੁ ਵਧੀਆ ਲੱਗੀ ਤੈਨੂੰ ਹੈ ਹੁਣ ਫਿਰ ਤੇਰੀ ਮੈਂ ਪਹਿਲਾ ਪੇਜ ਪੜਿਆ ਹਾਂ ਉਹਦੇ ਚ ਜਾਣੀ ਦੀ ਜਿਹੜੇ ਪਹਿਲੇ ਬੁੜੇ ਬੁੜੀਆਂ ਹੁੰਦੇ ਸੀਗੇ ਉਹਨਾਂ ਦੇ ਗਾਂ ਪੋਤੇ ਪੋਤਕਾਂ ਹੁੰਦੇ ਸੀਗੇ ਉਹ ਜਾਣੀ ਦੀ ਉਹਨਾਂ ਦੀਆਂ ਰਹਿ ਕੇ ਗੱਲਾਂ ਸੁਣਦੇ ਹੁੰਦੇ ਸੀਗੇ ਹਾਂ ਤੇ ਵੀ ਜਾਣੀ ਦੀ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਸੀ ਬਜ਼ੁਰਗ ਤੇ ਉਹਨਾਂ ਤੋਂ ਸੁਣ ਕੇ ਵੀ ਆਪ ਸਿੱਖਿਆ ਲੈਂਦੇ ਸੀ ਉਹ ਗੱਲਾਂ ਦੀ ਤੇ ਹੁਣ ਵਾਲੇ ਜਵਾਕ ਤਾਂ ਪਾਣੀ ਦੀ ਘੁੱਟ ਨਹੀਂ ਪੜਾਉਂਦੇ ਦਾਦੇ ਦਾਦੀਆਂ ਨੂੰ ਸਹੀ ਗੱਲ ਆ ਬਹੁਤ ਵਧੀਆ ਮਤਲਬ ਆ ਸੀ ਆਪਣੀ ਆ ਤੁਸੀਂ ਦੇਖੋ ਵੀ ਇੰਨੀਆਂ ਚੀਜ਼ਾਂ ਉਹਨਾਂ ਨੇ ਕਵਰ ਕੀਤੀਆਂ ਹੋਈਆਂ 55 ਪੇਜਿਸ ਨੇ ਇਹਦੇ ਚਿੱਟਾ ਖੂਨ ਆਪਾਂ ਪੜ੍ਹ ਲਈ ਸੀਗੀ ਕੱਲ੍ਹ ਤੇ ਹੁਣ ਆਪਾਂ ਪੜ੍ਹਾਂਗੇ ਦੱਬੀਆਂ ਰੀਝਾਂ ਤੇ ਸਾਰੀ ਬੁੱਕ ਜਿੱਦਣ ਆਪਾਂ ਰੀਡ ਕਰ ਲਈ ਉਦਣ ਫਿਰ ਰਿਵਿਊ ਦੇਵਾਂਗੇ ਹਾਂਜੀ ਬੋਲੋ ਯੈਸ ਇਹ ਗੱਲਾਂ ਹਰੇਕ ਨਹੀਂ ਸੀ ਸੁਣਦਾ ਪੁੱਤ ਜਦੋਂ ਭੂਆ ਸੀ ਬੁੜੀ ਬਾਪੂ ਦੀ ਤੇਰੇ ਨਾਨੇ ਦੀ ਭੂਆ ਸੀ ਤੇ ਉਹਦੇ ਪੋਤਿਆਂ ਨੇ ਆਉਣਾ ਉਹ ਇੱਕ ਚਾਚੇ ਤਾਂ 4 ਮੁੰਡੇ ਸੀ ਤੇ ਇੱਕ ਦੇ 2 ਸੀ ਤੇ ਇੱਕ ਦੇ 3 ਸੀ ਇੱਕ ਦੇ 5 ਸੀ ਉਹ 5 ਭਰਾ ਸੀ ਤੇ ਜਿਹੜੇ ਦੇ 2 ਸੀਗੇ ਉਹ ਹੁਣ ਇੱਕ ਤਾਂ ਫੌਜ ਚ ਹੈ ਤੇ ਇੱਕ ਮਾਸਟਰ ਲੱਗਿਆ ਹੋਇਆ ਸੀਰ ਉਹਨੇ ਆਉਣਾ ਤੇ ਬਾਬੇ ਦੇ ਨਾਲ ਆਏ ਮੰਜੇ ਤੇ ਬਹਿ ਜਾਣਾ ਦਾਦੇ ਦੇ ਮੇਰੇ ਦੇ ਫਿਰ ਉਹਨੇ ਸਾਰੀ ਰਾਤ ਗੱਲਾਂ ਸੁਣਨੀਆਂ ਮਾਮਾ ਕਿਹੜੀਆਂ ਗੱਲਾਂ ਸੁਣਾਊ ਅਗਲੀਆਂ ਫਿਰ ਉਹਨੇ ਤੜਕੇ ਵੇਲਾ ਉੱਠ ਕੇ ਸਾਰ ਫੇਰ ਆਉਂਦਾ ਮੈਂ ਤਾਂ ਮਾਮੇ ਦੇ ਮੰਜੇ ਤੇ ਫੇਰ ਜਾਂਦਾ ਪਹਿਲਾਂ ਵਾਲੇ ਸੁਣਦੇ ਸੀ ਹੁਣ ਨਹੀਂ ਤੇ ਜੇ ਤੂੰ ਮੁੰਡੇ ਵੀ ਦੇਖੇ ਨਾ ਇੰਨੇ ਸਾਊ ਤੇ ਬਹੁਤ ਜ਼ਿਆਦਾ ਮੇਰੀ ਗੱਲ ਸੁਣ ਮੰਮੀ ਹੁਣ ਪਤਾ ਕੀ ਹੈ ਹੁਣ ਚੱਕਰ ਕੀ ਹੈ ਹੁਣ ਸਾਰਾ ਮੋਬਾਈਲਾਂ ਦਾ ਚੱਕਰ ਆ ਹੁਣ ਛੋਟੇ ਛੋਟੇ ਜਵਾਕ ਦਾ ਮੋਬਾਈਲ ਦੇਖੀ ਜਾਂਦੇ ਆ ਮਾਜਾ ਮਾ ਦੇਖਦੇ ਪੁੱਤ ਕਈ ਜਵਾਕ ਹੈਗੇ ਵਿੱਚ ਤੁਹਾਡੇ ਹੋਣਗੇ ਬੋਲੇ ਬੈ ਕੇ ਸੁਣਦੇ ਹੋਣਗੇ ਕੋਈ ਇੱਕ ਅੱਧਾ ਜਵਾਕ ਪਰ ਉਹ ਐ ਟਾਵੇਂ ਟੱਲੇ ਹੀ ਹੋਣਗੇ ਮੰਮੀ ਹੁਣ ਤਾਂ ਸਾਰੇ ਜਵਾਕ ਫੋਨਾਂ ਦੇ ਲੱਗੇ ਪਿਆ ਛੋਟੇ ਦੇ ਛੋਟੇ ਜਵਾਕ ਆ ਜਿੰਨੇ ਨਿੱਕੇ ਹੁੰਦੇ ਤੋਂ ਲਾ ਹਰੇਕ ਗੱਲ ਗੌਰ ਨਾਲ ਸੁਣਦੇ ਆ ਆਏ ਨਹੀਂ ਵੀ ਨਹੀਂ दसो केड़े बड़ेवे लेने बड़े भी लेने पिछे ਇਹਨੂੰ ਪੁੱਛੋ ਦੁਕਾਨ ਤੇ ਲੱਗਿਆ ਰਿਹਾ ਨਾ ਹਿਸਾਬ ਇਹਨੂੰ ਬਾਵਾ
ਕਰਿਆਨੇ ਦੀ ਦੁਕਾਨ ਆਪਾਂ ਕਈ ਸਾਲ ਕੀਤੀ ਆ। ਕਿੰਨੇ ਕੁ ਸਾਲ? ਕਈ ਚ ਕਿੰਨੇ ਆਉਂਦੇ ਆ? ਭੂਆ ਕਹਿੰਦੇ ਆਪਣੇ ਬਹੁਤ ਟਾਈਮ ਕੰਮ ਦੁਕਾਨ। ਭੂਆ ਕਹਿੰਦਾ ਤੇਰਾ ਕੀ ਹੋਲ ਅੱਲਾ ਕੱਖਾ, ਦੁਕਾਨ ਤੇ ਉੱਪੜ ਜੀ ਰਹਿੰਦੇ ਸੀ, ਤੂੰ ਕਿੱਥੇ ਰਹਿੰਦਾ ਸੀ? ਅੱਛਾ, ਉਹ ਬੜੇਵਿਆਂ ਦਾ ਗਿਆਨ ਦੇ ਕੇ ਗਏ ਤੈਨੂੰ? ਹੈ ਵੀ ਬੜੇਵੇਂ ਕਿਹੜੇ ਸਾਲ ਦਿੰਦੇ ਆ? ਵੀ ਚਾਚੀ ਚੀਜ਼ ਤਾਂ ਨੀ ਸਿੱਖੀ? ਉਹੀ ਗੱਲ ਕਰਤੀ ਨਾ ਫਿਰ, ਉਹੀ ਪਸ਼ੂਆਂ ਚ ਰਹਿੰਦਾ, ਪਸ਼ੂਆਂ ਦੀ ਗੱਲ। ਕਹਿੰਦਾ ਨਾ ਮੈਂ ਇਹ ਤੋਂ ਬਾਅਦ ਕਾਰੋਬਾਰ ਸ਼ੁਰੂ ਕਰਨਾ, ਬਿਜ਼ਨਸ ਸ਼ੁਰੂ ਕਰਨਾ ਸੀ, ਕੀ ਬੱਕਰੀਆਂ ਰੱਖਣੀਆਂ। ਡੈਡੀ ਜੀ ਕਰਤੀ ਨਾ ਮੀਂਗਣਾ ਦੀ ਗੱਲ, ਹਜੇ ਜੀ ਸੋਚ ਆਈ ਕੰਮ ਸ਼ੁਰੂ ਕਰਨਾ। ਪਤਾ ਨੀ, ਹਾਂ ਬੱਕਰੀਆਂ ਰੱਖ ਲਈਆਂ, ਟੋਕਰੇ ਸਿੱਟਣੇ ਪੈਂਦੇ ਆ, 20 ਬੱਕਰੀਆਂ ਦਾ ਇੱਕ ਟੋਕਰਾ ਨੀ ਹੁੰਦਾ ਮੀਂਗਣਾ ਦਾ? ਨੀ ਬਾ, ਫਿਰ ਤਾਂ ਤੂੰ ਮੁਨਾਫੇ ਨਹੀਂ ਲੈਣਾ, ਇਕੱਠਾ ਜਿਹਾ ਕਰਨਾ ਪੈਂਦਾ। ਗਰਮੀਆਂ ਤੇ ਸੁੱਕ ਸੁੱਕ ਕੇ ਆਪੇ ਮਿੱਟੀ ਬਣ ਜਾਂਦੀਆਂ ਉਹ ਵੀ। ਅੱਛਾ, ਫਿਰ ਹੁਣ ਤੂੰ ਨਵਾਂ ਕਾਰੋਬਾਰ, ਤੇ ਕੁੱਕੜ ਪਤਾ ਇਹਨੇ ਨਾਲੇ ਕੁੱਕੜਾ ਖੁੱਡਾ ਬਣਾਇਆ ਸੀ ਨਾ, ਇਹ ਤਾਂ ਕੁੱਕੜ ਰੱਖੇ ਗਏ। ਕੁੱਕੜ ਦਾ ਬਰਾ ਜੀ ਇਦਾਂ ਕੋਈ ਨਾ, YouTube ਚ ਕਾਮਯਾਬੀ ਪਾਈ ਆ ਮੈਨੂੰ ਲੱਗਦਾ, ਜਿੱਥੋਂ ਤਾਈਂ ਕਾਮਯਾਬੀ ਸਾਰੇ ਕੰਮਾਂ ਦੀ ਪਾਈ, ਹਰੇਕ ਬਿਜ਼ਨਸ ਕੀਤਾ ਇਹਨੇ, ਥੋੜੀ ਥੋੜੀ ਕਾਮਯਾਬੀ ਸਾਰੇ ਕੰਮਾਂ, ਹਰੇਕ ਬਿਜ਼ਨਸ ਕੀਤਾ, ਹਰੇਕ ਗੇਮ ਖੇਡੀ ਇਹਨੇ, ਹਾਂ ਭੰਗੜਾ ਇਹਨੇ ਪਾਇਆ, ਭੰਗੜਾ ਇਹਨੇ ਪਾਇਆ, ਸਿੰਗਰ ਇਹ ਬਣਿਆ, ਕਬੱਡੀ ਇਹ ਖੇਡਿਆ, ਹਾਕੀ ਇਹ ਖੇਡਿਆ, ਮਤਲਬ ਬਾਹਰ ਇਹ ਜਾਇਆ ਆ, ਕੋਈ ਰਹੀ ਨੀ ਗੱਲ। ਟਰੱਕ ਡਰਾਈਵਰ ਵੀ ਬਣ ਗਿਆ ਆਪਾਂ ਸੱਚ, ਹਾਂ ਡਰਾਈਵਰ ਵੀ ਬਣਿਆ, ਇਹ ਟਰੈਵਲਰ ਵੀ ਬਣਿਆ, ਟਰੈਵਲਰ ਵੀ ਬਣਿਆ, ਟਰੈਵਲ ਹੋਰ ਹੋਰ ਕੋਈ ਪਦਵੀ ਹਾਸਲ ਕੀਤੀ ਹੋਵੇ, ਹਾਂ ਸੱਚ ਇਹੀ ਰਹਿ ਗਿਆ ਸੀ ਗੱਲਾਂ, ਪਾਪਾ ਵੀ ਬਣ ਜੂਗਾ ਹੁਣ, ਦੋਵੇਂ ਜਿਹੜੀ ਹਾਸਲ ਹੋਣ ਵਾਲੀ ਆ ਬਸ। ਬਸ ਹੁਣ ਓਦੂ ਬਾਅਦ ਹੁਣ ਕਿਹੜੀ ਕਾਮਯਾਬੀ ਦੇ ਹੁਣ, ਤੋਂ ਪਹਿਲਾਂ ਸੱਚ ਇੱਕ ਪਤੀ ਬਣ ਗਏ, ਹਾਂ ਉਹ ਤਾਂ ਬਹੁਤ ਸਭ ਤੋਂ ਵੱਡੀ ਕਾਮਯਾਬੀ ਹੈ, ਹਾਂ ਜ਼ਿੰਦਗੀ ਜਿਹੜੀਆਂ ਦੋ ਕਾਮਯਾਬੀਆਂ ਪੂਰੀਆਂ ਅਸਲੀ ਤਰੀਕੇ ਦੀਆਂ ਸੀ ਉਹ ਵੀ ਪਾ ਚੁੱਕੇ ਆ, ਹੁਣ ਇਦੂ ਬਾਅਦ ਕੀ ਸੋਚ ਹੈ ਤੇਰੀ? ਇਦੂ ਬਾਅਦ ਮੇਰੀ ਇਹ ਸੋਚ ਆ ਵੀ ਇੱਕ ਵਧੀਆ ਜਿਹਾ ਗੱਡੀ ਹੋਵੇ, ਖੁੱਲਾ ਐਸ਼ ਹੋਵੇ, ਕੈਸ਼ ਹੋਵੇ, ਬਸ ਬੈਠੇ ਰਹਿ ਕੇ ਧੁੱਪ ਸੇਕ ਲਿਆ ਕਰਕੇ ਸਿਆਲਾਂ ਚ, ਗਰਮੀਆਂ ਜੀ ਸੀ ਚੱਲਦਾ ਹੋਵੇ, ਬਸ ਇੰਨੀ ਕੀ ਸੋਚ ਆ। ਬਹੁਤ ਤਕੜੀ ਸੋਚ ਆ। ਕੰਮ ਆ ਜਿਹੜਾ ਉਹ ਨੌਕਰ ਰੱਖੇ ਹੁਣ ਕਰਨ ਵਾਸਤੇ, ਇਹ ਤਾਂ ਮੈਨੂੰ ਲੱਗਦਾ ਇੰਪੋਸੀਬਲ ਆ, ਆਈ ਡੋਨਟ ਨੋ ਵੀ ਇਹ ਪੋਸੀਬਲ ਹੈਗਾ ਕਿ ਨਹੀਂ। ਅਸੀਂ ਇੰਪੋਸੀਬਲ ਨਹੀਂ ਪੋਸੀਬਲ ਜੂਸ ਬਣਾਇਆ ਸੀ, ਉਹ ਥੋੜਾ ਰਹਿ ਗਿਆ, ਮੰਮੀ ਦੁਬਾਰੇ ਸੱਚ ਫੇਰ ਲੈਣੀ। ਮੰਮੀ ਕਹਿੰਦੀ ਅੱਜ ਤਾਂ ਪੀਤੀ ਨੇ ਇੱਕ ਗਲਾਸ ਹੀ ਦਿੱਤਾ, ਮੈਂ ਕਿਹਾ ਕੋਈ ਗੱਲ ਨਹੀਂ, ਫੇਰਦੀ ਸੀ ਆਹ ਪਿਆ ਜਿਹੜਾ, ਇਹ ਮੈਂ ਲਾ ਦਿਲ ਕੁਝ ਲੈ ਜਾਂ ਪਾ ਕੇ ਪੀਊਗਾ, ਉਹ ਸਟੀਲ ਦੇ ਗਲਾਸ ਤਾਂ ਉਹੀ ਪਿਆ ਹੋਇਆ। ਇਹ ਲੋਕਾਂ ਦਾ ਨਾ ਕੋਈ ਹਿਸਾਬ ਨਹੀਂ ਆਉਂਦਾ, ਜੇ ਤਾਂ ਚਾਹ 'ਚ ਮੱਖੀ ਡਿੱਗ ਪਏ ਫਿਰ ਤਾਂ ਮੱਖੀ ਕੱਢ ਕੇ ਸਿੱਟ ਦਿੰਦੇ ਆ, ਹਾਂ ਨਹੀਂ ਫਿਰ ਚਾਹ ਡੋਲ ਦਿੰਦੇ ਆ ਸੱਚ, ਤੇ ਜੇ ਘਿਓ 'ਚ ਡਿੱਗ ਪਏ ਤਾਂ ਫਿਰ ਮੱਖੀ ਨੂੰ ਬਾਹਰ ਕੱਢ ਦਿੰਦੇ ਆ। ਕਿੰਨੇ ਸੰਤਰੇ ਲਿਆਈ? ਇੱਥੇ ਰੱਖ, ਛਿਆਂ ਦਾ ਜੂਸ ਕਰ ਲਈ ਨਾ ਪੀਣਾ, ਹੁਣ ਤਾਂ ਆਜੂਗਾ ਜੇ ਤੈਨੂੰ ਮੈਂ ਕਹਿ ਦਿੱਤਾ ਵੀ ਤੇ ਸਮਾਨ ਆਪਣਾ ਪਿਆ ਕੋਈ ਨੀ ਤੈਨੂੰ ਦੁਬਾਰੇ ਕੱਢ ਦਿੰਦੇ। ਲੈ ਜੂਸ ਤੂੰ ਪੀਣਾ, ਉਹ ਨਾਉਣ ਜੋ ਗ੍ਰੇਜ਼ਿੰਗ ਛੱਡ ਦੇ, ਇਹ ਚ ਕੀਤਾ ਲੱਲਾ ਕੱਖ ਨਹੀਂ ਸਾਡਾ ਤਾਂ ਕੋਈ ਇਸ ਚੀਜ਼ ਚ। ਮੰਮੀ ਇਹਦੀ ਕੰਜਰ ਕਰਨਾ ਫੇਰ ਕਰਨਾ ਪਊਗਾ, ਛਿੱਲੀ ਵੀ ਫਿਰਦੀ ਆ, ਬਾਹਲਾ ਤਕੜਾ ਕੰਮ ਕਰਦੇ, ਬਸ ਬਹੁਤ ਹੋ ਗਈ ਮਾਲ ਚ ਬਾਹਲਾ ਤੇਰਾ, ਦਿਮਾਗ ਖੁੱਲ ਗਿਆ ਆਂਟੀ ਤੇਰਾ, ਕੀ ਕਰਨਾ ਮਾਲ ਚ, ਤੂੰ ਕੀ ਕਰਾਉਣੀ ਮਾਲਚ ਕਰਕੇ, ਸਾਰਾ ਟੱਬਰ ਦਾ ਮੇਰਾ ਦਿਮਾਗ ਖਾਈ ਜਾਂਦੇ ਨੇ, ਮੈਨੂੰ ਤਾਂ ਸਾਰਿਆਂ ਨੂੰ ਬਾਅਦ ਮਾਲਚ ਦੀ ਲੋੜ ਆ ਖੁੱਲਣ ਵਾਲਾ। ਮੇਰੇ ਨਾ ਹੱਥ ਜਾ ਖੁਰਕ ਵਾਲੀ ਲੜਦੀ ਸਿਰ ਚ, ਅੱਛਾ ਪੋਪੇ ਦਾ ਤੇਲ ਲਵਾਇਆ ਤਾਂ ਹੀ ਮੁਸ਼ਕਿਲ ਹੋ ਜਾਂਦੀ ਨਾ ਹੋਰੀ, ਇਹ ਅੰਟ ਗਏ ਤੇ ਤੈਨੂੰ ਥੋੜੇ ਦਿਨਾਂ ਦਾ ਨਹਾਉਣਾ ਪਊਗਾ, ਨਹੀਂ ਇਹਦੀ ਹੋਰੀ ਸਮੈਲ ਜੀ ਆਉਣ ਲੱਗ ਜਾਂਦੀ ਹੁੰਦੀ ਆ ਖੋਪੇ ਤੇਲ ਦੀ ਕਿ ਨਹੀਂ, ਪਰਸੋਂ ਨਾ ਧੂਆ ਜਾਣਾ ਪੈ ਜਾਣ, ਮੈਂ ਐ ਦੇਖ ਲਓ ਖੁਰਕ ਲੜਦੀ ਹੈ ਕਿਤੇ ਜ਼ਿਆਦੇ ਨਹੀਂ ਪੈਂਦਗਾ, ਹੈ ਉਹ ਪਿਆ ਕੰਗਾ, ਕੰਗਾ ਕਿਹੜਾ ਦੂਰੋਂ ਨਹੀਂ ਜਾਣਾ, ਨੀ ਬਾ ਇੰਨਾ ਵੀ ਨੀ ਦਿਮਾਗ ਤੇਜ਼ ਕਰਨਾ, ਕਹਿੰਦੀ ਬਰਾਮ ਰੋਗਨ ਲਾਇਆ ਕਰੋ, ਹੈਂ ਬਾਲਾ ਦਿਮਾਗ ਤੇਜ਼ ਹੋ ਗਿਆ ਤਾਂ ਜਮੇ ਖੜਨ ਦੇਣਾ ਫਿਰ, ਵਾਹ ਸਹੀ ਗੱਲ ਆ, ਬਸ ਲੋੜ ਜਾਈ ਠੀਕ ਆ, ਜਿੰਨੀ ਕੁ ਲੋੜ ਆ ਉਨਾ ਕੁ ਵਰਤ ਲੈ, ਮੈਂ ਚੱਕ ਕੇ ਨਵਾਉਣਾ ਤੈਨੂੰ
ਬਹੁਤ ਟਾਈਮ ਨੂੰ ਆਦਾ ਮੈਂ ਤੈਨੂੰ ਹੁਣ ਤੂੰ ਆਪਦੇ ਆਪ ਨਾ ਸਕਦੀ ਹੈ ਚੱਲ ਲਿਆ ਮੈਂ ਇੱਥੇ ਰੱਖ ਦੇ ਮੈਂ ਕੱਢ ਲੈਂਦੀ ਹਾਂ ਕੋਈ ਨੀ ਤੂੰ ਜਾ ਤੂੰ ਆਏ ਕਰ ਨਹੀਂ ਨਹੀਂ ਤੂੰ ਨਾ ਕੇ ਆਉਂਦੀ ਨੂੰ ਤੈਨੂੰ ਜੂਸ ਬਣ ਜੂਗਾ ਦਿਲ ਕੋਈ ਨਹੀਂ ਦਿਲ ਕੋ ਕੱਪ ਚੱਕ ਲਾ ਸਟੀਲ ਚ ਪਿਆ ਤਾਂ ਉਹੀ ਖਰਾਬ ਹੋ ਜਾਂਦਾ ਉਹ खिच जाना मेनू पता रखूगा मलाई मलाई आऊगी आहो कर ਤੁਹਾਨੂੰ ਪਤਾ ਜੇ ਕਿਸੇ ਨੂੰ ਨਹੀਂ ਪਤਾ ਤਾਂ ਅਸੀਂ ਦਿਲ ਖੋਜ ਦਾ ਨਾਮ ਚੇਚੇ ਤੌਰ ਤੇ ਸੌਕਣ ਦਿੱਤਾ ਵਾ ਸੀ ਇਹਨੂੰ ਮੇਰੀ ਤਾਂ ਵਾਲੀ ਇਹ ਸੌਕਣ ਆਂਟੀ ਦੀ ਸੌਕਣ ਹੈ ਵਾਲਾ ਜਿੱਦਾ ਮੇਰੇ ਨਾਲ ਤਾਂ ਇਹ ਵਿਆਹ ਤੋਂ ਪਹਿਲਾਂ ਦਿੱਤਾ ਸੀਗਾ ਅਸੀਂ ਇਹ ਨਾਮ ਤੇ ਮੈਨੂੰ ਲੱਗਦਾ ਇਹ ਇਹਦੇ ਤੇ ਲਾਗੂ ਵੀ ਹੁੰਦਾ ਵਾਕਈ ਸੌਕਣ ਹੈ ਇਹਦੇ ਨਾਲ ਇੱਕ ਚਕੰਦਰ ਦੀ ਉਹਦੀ ਟੁਕੜੀ ਜੀ ਰਹਿ ਗਈ ਸੀਗੀ ਮੈਂ ਇਹਦੇ ਕਲਾਸ ਚ ਪਾਤੀ ਕਹਿੰਦਾ ਬਰਫ ਪਾਈ ਆ ਪਾਪਾ ਸੁਣ ਲਿਆ ਬਰਫ ਕਿਹੜੇ ਰੰਗ ਦੀ ਹੁੰਦੀ ਆ ਲਾਲ ਰੰਗ ਦੀ ਮੈਂ ਕਿਹੜਾ ਰੰਗ ਦੀ ਕਹੀ ਮੈਂ ਕਿਹੜਾ ਰੰਗ ਦੇਖਿਆ ਜੀ ਚੱਲ ਕੋਈ ਨਹੀਂ ਮੈਂ ਹੁਣ ਚੂਸ ਕਰਦੀ ਆ ਚੱਲ ਜਿਹੜੀ ਬੇਇੱਜ਼ਤੀ ਹੋਣੀ ਸੀ ਤਾਂ ਹੋ ਗਈ ਇਹ ਗੱਲ ਨੋਟ ਕੀਤੀ ਸਾਰਿਆਂ ਨੇ ਜਦੋਂ ਮੰਮੀ ਨੂੰ ਮੇਰੇ ਤੇ ਕੰਮ ਹੁੰਦਾ ਉਹ ਕੀ ਕਹਿੰਦੀ ਹੁੰਦੀ ਆ ਮਣੀ ਤੇ ਜੇ ਉਂ ਪੀਤੇ ਕੰਮ ਹੀ ਹੁੰਦਾ ਸਾਰਾ ਤਾਂ ਉਹ ਮੰਮੀ ਕਿਸੇ ਨੂੰ ਕੀ ਕਹਿੰਦੀ ਆ ਜਾ ਕਰ ਬਣੀ ਹੂੰ ਕੀ ਕਰ ਰਿਹਾ ਹਾਂ ਵੀ 2-4 ਦਿਨ ਪਹਾੜਾਂ 'ਚ ਘੁੰਮ ਕੇ ਆਇਆ ਜਾਵੇ रूड़िया दसता दे माड़ा फिर मैं ब्लॉग बंद करना तू मैनू माड़ा विचार पेश करी केड़े जाना तू ਬੋਬੀ ਨਾ ਲਿਆ ਵਾਈਫ ਤੈਨੂੰ ਉਹ ਦਵਾ ਦੂ ਟੈਨਸ਼ਨ ਨਹੀਂ ਲੈਣਾ ਅੱਛਾ ਕੱਲੇ ਦਾ ਜੀ ਕਰਦਾ ਮੋਟਰਸਾਈਕਲ ਦੂਜਾ ਪਰ ਬੈਗ ਹੁੰਦਾ ਸੇਫਟੀ ਪਰਪਸ ਜਿਹਦੇ ਆਪਾਂ ਗਾਜਰਾਂ ਅਚਾਰ ਬਣਾਇਆ ਸੀਗਾ ਤੇ ਸਾਰੇ ਜਣਿਆਂ ਨੇ ਪੁੱਛੀ ਸੀ ਰੈਸਪੀ ਗਾਜਰਾਂ ਅਚਾਰ ਦੀ ਹਨਾ ਤੇ ਉਹ ਅਚਾਰ ਤਾਂ ਆਪਾਂ 2 ਵਾਰੀ ਬਣਾ ਕੇ ਹਨਾ ਮਕਾਤਾ ਸੀਗਾ ਤੇ ਅੱਜ ਫਿਰ ਤੀਜੀ ਵਾਰੀ ਬਣਾਉਣ ਲੱਗਿਆ ਤੇ ਨਾਲ ਸੋਚਿਆ ਵੀ ਰੈਸਪੀ ਵੀ ਸ਼ੂਟ ਕਰ ਲਈਏ ਹਨਾ ਤੇ ਹੁਣ ਸਭ ਤੋਂ ਪਹਿਲਾਂ ਆਂਟੀ ਨੇ ਕੜਾਈ ਧਰਤੀ ਦੱਸੋ ਬਈ ਕੱਟੀ ਵਾਲਾ ਬੈਠਾ ਉਹ ਪਿਆ ਹਾਂ ਇਹਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਲੇਟੀ ਸੈੱਟ ਦੇ ਉਹਨਾਂ ਨੂੰ ਗਾਂ ਵਾਲੇ ਕਿ ਸੜਦੇ ਲੇਟੀ ਆਲਾ ਬੱਠਣ ਦੇਣਾ ਕਰਨਾ ਲੋ ਬਈ ਪਹਿਲਾਂ ਆਂਟੀ ਨੇ ਕੜਾਈ ਦਿੱਤੀ ਧਾਰ ਤੇ ਕੜਾਈ ਛੋਣ ਕੇ ਬਣਾਉਣ ਆਂਟੀ ਇਧਰ ਆਪਣੀ ਉਹ ਤੋਂ ਬਾਅਦ ਗੋਭੀ ਸਬਜ਼ੀ ਬਣਨੀ ਹੈ ਤੇਲ ਹੂੰ ਤੇਲ ਤੇਲ ਪਾਓ ਫਿਰ ਤੇਲ ਗਰਮ ਹੋ ਗਿਆ ਉਹਨੂੰ ਕਿਤੇ ਜਮਾਇਣਾ ਹੂੰ ਚਲ ਠੀਕ ਆ ਨਾਲ ਨਾਲ ਪਾਈ ਚੱਲਾਂਗੇ ਨਾਲ ਆਏ ਰੋਟ ਪੀਰ ਕੇ ਗਾਜਰਾਂ ਹੂੰ ਜੇ ਆਪਾਂ ਜ਼ਿਆਦਾ ਚਿਰ ਰੱਖਣਾ ਹੂੰ ਤਾਂ ਇਹਨਾਂ ਨੂੰ ਵੀ ਧੁੱਪ ਦੇ ਵਿੱਚ ਸੁਕਾ ਲਓ ਅੱਛਾ ਫਿਰ ਖਰਾਬ ਨਹੀਂ ਹੁੰਦਾ ਗਿਆ ਹੂੰ ਜੇ ਆਪਾਂ ਤੁਰਤੀ ਖਾਣਾ ਹੂੰ ਤਾਂ ਉਹਨਾਂ ਨੂੰ ਧੋ ਕੇ ਪਾਣੀ ਥੋੜਾ ਜਿਹਾ ਵੀ ਸੁੱਕਿਆ ਹੋਵੇ ਵਿੱਚੋਂ ਹੂੰ ਤੇ ਧੁੱਪੇ ਪਾਉਣ ਦੀ ਲੋੜ ਨੇ ਠੀਕ ਤੇ ਵਿੱਚ ਇਹਨਾਂ ਨੂੰ ਤਲ ਕੇ ਜਦੋਂ ਵੀ ਜਾਣੀ ਵੀ ਥੋੜੀ ਜਿਹੀ ਫਿਸਦੀ ਜੀ ਹੋ ਗਈ ਗਾਜਰ ਵਾਲੀ ਜ਼ਿਆਦੇ ਨਾ ਹੋਵੇ ਹੂੰ ਵੀ ਜਮਾਂ ਹੀ ਕੋਲ ਜਾਣ ਹੂੰ ਤੇ ਉਦੋਂ ਮਗਰੋਂ ਦੂਜਾ ਸਮਾਨ ਪਾ ਦੇਵੇ ਵਿੱਚ ਜਿਹੜਾ ਆਪਣਾ ਬਣਾਇਆ ਮਟੀਰੀਅਲ ਠੀਕ ਆ ਸੌਂਫ ਕਲੌਂਜੀ ਚਲੋ ਤਾਂ ਹੁਣ ਤੂੰ ਪਾਏਂਗੀ ਨਾਲ ਨਾਲ ਜੀਰਾ ਸਾਰਾ ਕੁਝ ਪੀਸ ਕੇ ਰੱਖਿਆ ਵਾ ਮੇਰਾ ਜੀ ਅੱਛਾ ਇਹ ਚੀਜ਼ਾਂ ਪੀਸ ਕੇ ਰੱਖਿਆ ਕਰਕੇ ਰੱਖਿਆ ਵਾ ਉਹ ਹੁਣ ਉੱਤੇ ਭੁੱਖ ਨਹੀਂ ਮਗਰੋਂ ਜਦੋਂ ਠੀਕ ਹੈ ਤੁਸੀਂ ਸੁਣ ਲਓ ਹੁਣ ਜਿਹੜੀਆਂ ਚਾਰ ਚੀਜ਼ਾਂ ਸੀ ਮੇਥੇ ਜੀਰਾ ਕਲੌਂਜੀ ਕਲੌਂਜੀ ਤੇ ਸੌਂਫ ਸੌਂਫ ਠੀਕ ਹੈ ਚਾਰ ਪੰਜ ਚੀਜ਼ਾਂ ਹੋ ਗਈਆਂ ਇਹ ਠੀਕ ਆ ਆਂਟੀ ਪਾ ਤੇਲ ਤੇਲ ਪਾਉਂਦੀ ਹਾਂ ਮੈਂ ਠੀਕ ਹੈ ਇਹ ਚੀਜ਼ਾਂ ਆਪਣੀਆਂ ਧੜਫੜ ਕਰਕੇ ਰੱਖਿਆ ਤੇ ਇੱਕ ਨੂਣ ਤੇ ਮਿਰਚ ਹਲਦੀ ਵੀ ਪੈਂਦੀ ਹੈ ਨੂਣ ਵੀ ਪੈਂਦਾ ਮਿਰਚਾਂ ਵੀ ਪੈਂਦੀਆਂ ਬਸ ਠੀਕ ਹੈ ਲੋੜ ਅਨੁਸਾਰ ਠੀਕ ਤੇ ਲਓ ਬਈ ਹੁਣ ਕਰਦੇ ਆਪਾਂ ਸ਼ੁਰੂ ਰੈਸਪੀ ਇਦਾਂ ਆਪਾਂ ਕੜਾਈ ਰੱਖ ਲਈ ਤੇ ਕੜਾਈ ਦੇ ਕੋਲ ਵਿੱਚ ਪਾ ਦੇਣਾ ਤੇਲ ਜ਼ਿਆਦਾ ਨਹੀਂ ਪਾਵਾਂਗੇ ਅੱਛਾ ਦੇਖ ਲਓ ਆਪਣਾ ਕਿੰਨਾ ਕਿ ਗਾਜਰਾਂ ਹੋ ਜਾਂਦੀਆਂ ਤੇ ਗਾਜਰਾਂ ਦੇ ਵਿੱਚ ਤੇਲ ਦੇਖੋ ਕਿੰਨਾ ਪਾਉਣਾ ਤੜਕੇ ਤੋਂ ਘੱਟ ਹੀ ਪਾਉਣਾ ਜਿਵੇਂ ਆਪਾਂ ਸਬਜ਼ੀ ਬਣਾਉਣੀ ਹੈ ਬਸ ਵਾਧੂ ਹੈ ਵਾਧੂ ਇਹਨਾਂ ਲਓ ਬਈ ਇਹਨਾਂ ਦੇ ਤੇਲ ਪਾਦਾ ਜਦੋਂ ਇਹ ਗਰਮ ਹੋ ਜਾਊਗਾ ਉਦੋਂ ਬਾਅਦ ਫਿਰ ਪਾਉਂਜੀ ਆ ਚੀਜ਼ਾਂ ਨੇ ਆਪਣੀਆਂ ਕਲੌਂਜੀ ਸੌਂਫ ਜੀਰਾ
ਤੇ ਹੋਰ ਕੀ ਆਂਟੀ ਆ ਬਾਹੋ ਕੁਝ ਪਾਇਆ ਹੋਇਆ ਮੇਥੇ ਵੀ ਇਹ ਸਾਰੀਆਂ ਚੀਜ਼ਾਂ ਨਾ ਆਂਟੀ ਨੇ ਦਾੜ ਫਾੜ ਦੀਆਂ ਕਰਕੇ ਰੱਖੇ ਹੋਏ ਮਿਕਸੀ 'ਚ ਅਤੇ ਆਪਾਂ ਇਸ ਤੋਂ ਬਾਅਦ ਪਾਵਾਂਗੇ ਅਤੇ ਆਂਟੀ ਕਹਿੰਦੀ ਇੱਕ ਵਾਰੀ ਦਿਖਾ ਦੇ ਵੀ ਇੱਦਾਂ ਦਾ ਮਟੀਰੀਅਲ ਜਿਹਾ ਬਣਾ ਕੇ ਆਪਾਂ ਉੱਤੇ ਪਾ ਦਿੰਦੇ ਹੁੰਦੇ ਹਾਂ ਤੇਲ ਹੋ ਗਿਆ ਗਰਮ ਅਤੇ ਲਓ ਵੀ ਪਾ ਦਈਏ ਗਾਜਰਾਂ ਆ ਵਿੱਚ ਗਾਜਰਾਂ ਦੇ ਨਾਲ ਹੀ ਸੌਂਗ ਆ ਪਾ ਦੇਣੀਆਂ ਤੁਸੀਂ ਜਮੈਣ ਚਲੋ ਬਈ ਗਾਜਰਾਂ ਦੇ ਨਾਲ ਆਪਾਂ ਜਮੈਣ ਪਾਤੀ चार दिन निकल गए फिर पालिया हूं देखा कि निकल दे अपने ਹੁਣ ਆ ਇੱਕ ਵਾਰੀ ਥੋੜੀਆਂ ਜਿਹਾ ਹੋ ਜਾਣਾ ਜਿੰਨਾ ਇੱਕ ਰੇ ਥੋੜੀਆਂ ਜਿਹਾ ਫਿਸਣ ਜੇ ਨਹੀਂ ਲੱਗਦਾ ਉਹਨਾਂ ਜਿੱਕਰ ਨਹੀਂ ਇਹ ਪੱਕ ਦੀਆਂ ਹਨਾ ਤਿੰਨ ਕਪਾ ਗਾਜਰਾਂ ਹੋਣ ਬਣਾਏ ਚੱਲ ਕੋਈ ਨਹੀਂ ਤਾਂ ਹੁਣ ਆਪਣੀਆਂ 5 ਮਿੰਟ ਲੱਗੇ ਹੋਣਗੇ ਮੈਨੂੰ ਲੱਗਦਾ ਹਨਾ ਚੁੱਲ੍ਹੇ ਤੇ ਹਾਂ ਆ ਫਿਸਣ ਲੱਗ ਗਈਆਂ ਜਮਾ ਬਾਲੀਆਂ ਨਹੀਂ ਫਿਸਤੇ ਵੀ ਮਤਲਬ ਵੀ ਥੋੜੀਆਂ ਜਿਹਾ ਹੋ ਗਈਆਂ ਸੌਫਟ ਹੋ ਗਈਆਂ ਤੇ ਹੁਣ ਇਹਦੂਆ ਪਾ ਦਨੇ ਇਹਦੇ ਚ ਆਪਾਂ ਮਸਾਲਾ ਹਲਦੀ ਹੈ ਲੋੜ ਅਨੁਸਾਰ ਹਲਦੀ ਠੀਕ ਹੈ ਹਾਂ ਛਪਣੀ ਤੇ ਹੁਣ ਆਪਾਂ ਲੋੜ ਅਨੁਸਾਰ ਪਾਤਾ ਨੂਨ ਸਾਲਟ ਨਮਕ ਨੂਨ ਤੇ ਇਹਦੇ ਚ ਪਾਵਾਂਗੇ ਆਪਾਂ ਜਿਹੜੇ ਮਸਾਲੇ ਆ ਰਲੇ ਵੀ ਉਹ ਆਂਟੀ ਨੇ ਜਿਹੜੇ ਤੁਹਾਨੂੰ ਆਪਾਂ ਪਹਿਲਾਂ ਦਿਖਾਏ ਸੀ 4 ਤੇ ਆਪਾਂ ਇਹਦੇ ਚ ਦੇਗੀ ਮਿਰਚ ਪਾਵਾਂਗੇ ਥੋੜੀ ਜਿਹੀ ਲਾਲ ਲਾਲ ਵੱਧ ਹੋ ਜਾਂਦੀਆਂ ਹਾਂ ਇਹ ਆਪਾਂ ਰੰਗ ਕਲਰ ਲਈ ਨਹੀਂ ਪਾਉਂਦੇ ਹੁੰਦੇ ਆਪਾਂ ਦੇਗੀ ਮਿਰਚ ਥੋੜੀ ਜਿਹੀ ਆ ਭਰ ਦੇ ਦੇਗੀ ਮਿਰਚ ਦਾ ਤੜਕਾ ਕਰਮਜੀਤ ਕੌਰ ਬਰਾੜ ਅੰਗ ਅੰਗ ਫੜਕ ਸਤਿ ਸ੍ਰੀ ਅਕਾਲ ਇਹਨੂੰ ਅਸੀਂ ਬਿਠਾਇਆ ਸੀਗਾ ਅੱਗ ਮਚਾਉਣ ਵਾਸਤੇ ਚੰਗੀ ਮਚਾ ਲੈਂਦੀ ਹੈ ਨਾ ਗੋਹੇ ਲਾਉਣ ਵਾਸਤੇ ਬਿਠਾਇਆ ਸੀ ਇਹਨੂੰ ਵੈਸੇ ਮਗਰੋਂ ਆਈ ਸੀਗੀ ਇਹਨੂੰ ਫਿਰ ਸੀਟ ਹੀ ਇੱਧਰ ਮਿਲੀ ਅੱਗ ਨੇ ਓ ਮਾਈ ਗੋਡ ਤੁਸੀਂ ਸਿਆਣੇ ਬੱਚੇ ਹੁਣ ਆਪਾਂ ਲੱਗੇ ਗੋਭੀ ਨੂੰ ਤੜਕਾ ਲਓ ਬਈ ਹੁਣ ਆਪਾਂ ਬਤਾਰ ਲਿਆ ਪਤੀਲਾ ਗੋਭੀ ਨੂੰ ਤੜਕਾ ਲਾਉਣ ਵਾਸਤੇ ਤੇ ਉਹਦੀ ਜਿਹੜੀ ਵੀਡੀਓ ਮੈਂ ਤੁਹਾਨੂੰ ਸੁਬਾਹ ਵੀ ਕਿਹਾ ਸੀਗਾ ਮੈਂ ਕਿਹਾ ਜਿਵੇਂ ਆਂਟੀ ਗੋਭੀ ਬਣਾਉਂਦੀ ਇੱਕ ਵਾਰੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਦੋਨੇ ਰੈਸਪੀਆਂ ਅੱਜ ਆਪਾਂ ਦੇ ਦੇਣਗੇ ਆਪਦੀ ਫਿਰ ਵੀ ਮੈਂ ਕਿਹਾ ਚੱਲ ਜਿਵੇਂ ਆਂਟੀ ਬਣਾਉਂਦੀ ਆ ਤੜਕੇ ਬਣਾਉਣੀ ਹੋਵੇ ਤਾਂ ਥੋੜਾ ਜਿਹਾ ਤੇਲ ਆ ਜਾਂ ਘਿਓ ਆ ਕੋਈ ਵੀ ਚੀਜ਼ ਪਾਉਣੀ ਆ ਉਹ ਜ਼ਿਆਦਾ ਪਾਉਣੀ ਪੈਂਦੀ ਆ ਜੇ ਆਪਾਂ ਭੁੰਨ ਕੇ ਮਸਾਲਾ ਬਣਾਈਏ ਦੂਜਾ ਪਿਆਜ ਤੇ ਲਸਣ ਅਦਰਕ ਟਮਾਟਰ ਸਾਰਾ ਕੁਛ ਪਾਈਏ ਫਿਰ ਉਹ ਥੋੜਾ ਪੈਂਦਾ ਤੇਲ ਵਿੱਚ ਅੱਛਾ ਨਹੀਂ ਆਪਾਂ ਨੂੰ ਜ਼ਿਆਦਾ ਪਾਉਣਾ ਪੈਂਦਾ ਜਦੋਂ ਫਰਾਈ ਕਰਕੇ ਬਣਾਉਣੇ ਆ ਵੈਸੇ ਫਰਾਈ ਵਾਲੀ ਘੱਟ ਖਾਂਦੇ ਆਪਾਂ ਬਣਾਈ ਨਹੀਂ ਕਦੇ ਕਿਉਂਕਿ ਫਿਰ ਹੁਣ ਟਾਈਮ ਵੀ ਥੋੜਾ ਹੁਣ ਤਾਂ ਦੂਜੀ ਦੇ ਚੱਕਦੇ ਫਟਾ ਪਾ ਦੇ ਤੇਲ ਤੇ ਚਾਚੇ ਦਾ ਫੋਨ ਆਇਆ ਤੇ ਮੰਮੀ ਗੱਲਾਂ ਬਾਤਾਂ ਕਰੀ ਜਾਂਦੀ ਤੇ ਉਧਰ ਅਮਰਿੰਦਰ ਲੈ ਗਈ ਜੱਗ ਆਟਾ ਗੁੰਨ ਕੇ ਆਟਾ ਗੁੰਨ ਗਈ ਤੇ ਹੁਣ ਸਬਜ਼ੀ ਵੀ ਆਪਣੀ ਬਣ ਗਈ ਤੇ ਆਲਮੋਸਟ ਆਪਣਾ ਕੰਮ ਹੈਗਾ ਰੈਡੀ ਤੇ ਬਸ ਹੁਣ ਆਪਾਂ ਰੋਟੀ ਲੱਗਦੇ ਹਾਂ ਤੇ ਮੈਂ ਸੋਚਿਆ ਵੀ ਰੋਟੀ ਲੱਗਣ ਤੋਂ ਪਹਿਲਾਂ ਆਪਾਂ ਵਲੌਗ ਦੀ ਐਂਡਿੰਗ ਕਰ ਦਈਏ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੇਂ ਨਵੇਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਿਓ ਪ੍ਰੈਸ ਟਿਲ ਦੈਨ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ